ਮੈਂ ਕਿਹਾ ਪੂਰੀ ਲੋਟਾ ਮਹਾਰਾਜ 100 ਰੁਪਏ ਦੀ ਪਰਚੀ ਕਰਤੀ ਇਹਨਾਂ ਨੇ, ਕਿਤੇ 50 ਰੁਪਏ ਦੀ ਪਰਚੀ ਹੁੰਦੀ ਸੀ, ਨਿਰੀ ਲੋਟਾ ਇਹਨਾਂ ਕੋਲ 100 ਰੁਪਏ ਜਾਇਜ਼ ਹੈ, ਤੁਸੀਂ ਆਪ ਦੱਸੋ 50 ਰੁਪਏ ਬਿਲਕੁਲ ਜਾਇਜ਼ ਹੁੰਦੇ ਆ 50 ਰੁਪਏ। ਪਰਚੀ ਤੇ 50 ਲਿਖਿਆ ਲੈਂਦੇ 100 ਸਾਡੇ ਨਾਲ। ਹੋਰ ਵੀ ਲੋਕ ਹੈਗੇ ਨੇ ਭਾਈ ਸਾਹਿਬ, ਕਿੱਥੋਂ ਆਏ ਹੋ? 20 ਰੁਪਏ ਪਰਚੀ ਦੇ, 30 ਲੈਂਦਾ ਲਿਖਿਆ, 20 ਰੁਪਏ ਹੋਇਆ। ਬਾਬੂ ਆਪਸੇ ਪਰਚੀ ਲੱਗੀ ਆਪਕੇ? ਹਾਂਜੀ ਹਾਂਜੀ, 30 ਰੁਪਏ ਪਰਚੀ। ਹਾਂ ਸਾਈਕਲ ਪੇ 30 ਰੁਪਏ ਪਰਚੀ ਲੈਤਾ ਹੈ। 30 ਰੁਪਏ ਪਰਚੀ ਲੈਤਾ ਹੈ। ਐਸੇ ਕੈਸੇ ਹੋ ਸਕਤਾ ਹੈ? ਸਾਈਕਲ ਪੇ ਤਾਂ ਪਰਚੀ ਹੈ ਹੀ ਨਹੀਂ। ਪਰਚੀ ਲੈਤਾ ਹੈ, ਪਰਚੀ ਲੈਤਾ ਹੈ ਜੀ। ਹਮਕੋ ਹਮ ਕੱਲ ਕਾ ਵੀ ਪਰਚੀ ਮੇਰੇ ਪਾਸ ਖਰਾਬ ਹੋ ਗਿਆ। ਰੋਜ਼ ਹਮ ਲੋ ਆਤੇ ਹੈ, ਰੋਜ਼ 30 ਰੁਪਏ। ਕੱਲ ਕਾ ਪਰਚੀ ਰੋਜ਼ 30 ਰੁਪਏ ਦੇਤੇ ਹੈ। ਡੇਲੀ 30 ਰੁਪਏ ਦੇਤੇ ਹੈ। 20 ਕਾ ਵੀ ਦੇਤੇ ਹੈ ਤਾਂ ਨਹੀਂ ਲੋ ਲੈਤੇ ਹੈ ਜਲਦੀ ਜਬਲ। 20 ਰੁਪਏ ਹੋਗਾ, 30 ਰੁਪਏ ਵਾਲਾ। ਅਗਰ ਪਰਚੀ ਨਹੀਂ ਲੈਤੇ ਹੋ ਫਿਰ? ਨਹੀਂ ਲੈਤੇ ਹੈ ਪਰਚੀ, ਪਰਚੀ ਆਪ ਲੈਤੇ ਹੈ। ਪਰਚੀ ਨਹੀਂ ਵੋ ਆਪ ਨਹੀਂ ਮੰਗ ਲੈਤੇ ਹੋ ਤਾਂ ਟੋਲ ਤਾਂ 20 ਰੁਪਏ ਹੈ। 20 ਰੁਪਏ ਧੱਕਾਸ਼ਾਹੀ ਕਰਤੇ ਹੈ। ਹਾਂਜੀ ਸਾਈਕਲ ਪੇ ਤਾਂ ਪਰਚੀ ਹੋਤੀ ਨਹੀਂ, ਆਪ ਸਾਈਕਲ ਪੇ ਆਤੇ ਹੋ? ਹਾਂਜੀ ਸਾਈਕਲ। ਪਰਚੀ ਹੈ ਵੀ ਆਪਕੇ ਪਾਸ? ਨਹੀਂ ਪਰਚੀ, ਅਭੀ ਅਬ ਜਾਏਂਗੇ ਤਬ ਦੇਂਗੇ ਨਾ, ਜਬ ਜਾਏਂਗੇ ਤਬ ਤਾਂ ਪਰਚੀ ਲੈਤੇ ਹੈ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਸਾਈਕਲ ਦੇ ਉੱਤੇ ਸ਼ਖਸ ਹੈਗਾ ਵਾ, ਔਰ ਸਾਈਕਲ ਦੇ ਉੱਤੇ ਇਹ ਆਪਣੀ ਜਿਹੜੀ ਸਬਜ਼ੀ ਹੈ ਰੂਟੀਨ ਦੇ ਵਿੱਚ ਲੈ ਕੇ ਜਾ ਰਿਹਾ ਵਾ, ਔਰ ਉਸਦੀ ਵੀ ਉਸਨੂੰ ਪਰਚੀ ਲਗਾਈ ਜਾ ਰਹੀ, ਜਦਕਿ ਮਾਰਕੀਟ ਕਮੇਟੀ ਵੱਲੋਂ ਜਿਹੜਾ ਰੂਲ ਬਣਾਇਆ ਗਿਆ ਵਾ ਉਸਦੇ ਵਿੱਚ ਸਾਈਕਲ ਦੀ 1 ਰੁਪਏ ਵੀ ਪਰਚੀ ਨਹੀਂ ਹੈਗੀ ਹੈ। ਤੇ ਆਪ ਰੂਟੀਨ ਮੇ ਆਤੇ ਹੋ? ਹਾਂ ਡੇਲੀ ਆਤੇ ਹੈ, ਡੇਲੀ ਡੇਲੀ ਆਤੇ ਹੋ? ਡੇਲੀ ਆਤੇ ਹੈ। ਡੇਲੀ ਪਰਚੀ ਕੇ ਬਾਅਦ? ਡੇਲੀ ਪਰਚੀ ਪਰ 30 ਰੁਪਏ ਦੇਤੇ ਹੈ ਸਾਈਕਲ ਕੇ? ਸਾਈਕਲ ਬਿਲਕੁਲ। ਤੁਸੀਂ ਦੇਖ ਸਕਦੇ ਹੋ ਕਿ ਸਾਈਕਲ ਦੇ ਉੱਤੇ ਵੀ ਪਰਚੀ ਜਿਹੜੀ ਹੈ ਉਹ ਲਗਾਈ ਜਾਂਦੀ ਹੈ। ਇੱਥੋਂ ਇੱਕ ਚੀਜ਼ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਧਾਂਦਲੀਬਾਜ਼ੀ ਕਿਸ ਤਰੀਕੇ ਨਾਲ ਹੋ ਰਹੀ ਹੈ, ਧੱਕੇਸ਼ਾਹੀ ਕਿਸ ਤਰੀਕੇ ਨਾਲ ਹੋ ਰਹੀ, ਔਰ ਅਗਰ ਕੋਈ ਸ਼ਖਸ ਇਸ ਪਰਚੀ ਨੂੰ ਲੈਣ ਤੋਂ ਮਨਾ ਕਰਦਾ ਵਾ ਤਾਂ ਉਸ ਦੇ ਨਾਲ ਬਦਮਾਸ਼ੀ ਵੀ ਕੀਤੀ ਜਾਂਦੀ ਹੈ। ਲੁਧਿਆਣਾ ਤੋਂ ਰੋਹਿਤ ਗੋੜ, ਨਿਊਜ਼ 18। ਸਰ ਇੱਕ ਮੰਡੀ ਦੇ ਵਿੱਚ ਜਿਹੜੀ ਪਾਰਕਿੰਗ ਦਾ ਹੈਗਾ ਇਸ਼ੂ ਬੜਾ ਨਿਕਲ ਕੇ ਸਾਹਮਣੇ ਆ ਰਿਹਾ, ਓਵਰ ਚਾਰਜਿਸ ਕੀਤੇ ਜਾ ਰਹੇ ਨੇ, ਔਰ ਕਿਹਾ ਜਾ ਰਿਹਾ ਵਾ ਕਿ ਜੇਕਰ ਓਵਰ ਚਾਰਜ ਪਬਲਿਕ ਨਹੀਂ ਦਿੰਦੀ ਹੈ ਤਾਂ ਉਹਨਾਂ ਨਾਲ ਗੁੰਡਾਗਰਦੀ ਕੀਤੀ ਜਾਂਦੀ। ਇਹ ਕਿਤ ਤੱਕ ਸਹੀ ਹੈ, ਔਰ ਇਹ ਕੀ ਪੋਲਿਸੀ ਹੈ, ਔਰ ਕਿਸ ਤਹਿਤ ਇਸ ਨੂੰ ਜਿਹੜਾ ਵਾ ਪਾਰਕਿੰਗ ਦਾ ਠੇਕਾ ਦਿੱਤਾ ਜਾਵੇ? ਜਿਵੇਂ ਤੁਸੀਂ ਪੋਲਿਸੀ ਦੀ ਗੱਲ ਕਰ ਰਹੇ ਹੋ, ਮਾਰਕੀਟ ਕਮੇਟੀ ਨੇ ਲੁਧਿਆਣਾ ਨੇ 1 ਅਪ੍ਰੈਲ ਤੋਂ 31 ਮਾਰਚ ਤੱਕ ਦਾ ਜਿਹੜਾ ਟੈਂਡਰ ਲਗਾਇਆ ਸੀਗਾ, ਮਿਸਟਰ ਨੀਰਜ ਜੋਸ਼ੀ ਹੈਗੇ ਨੇ ਜਿਹੜਾ ਨੂੰ ਇਹ ਟੈਂਡਰ ਅਲੋਟ ਹੋਇਆ ਵਾ ਯੂਜਰ ਚਾਰਜਿਸ ਅਤੇ ਪਾਰਕਿੰਗ ਦਾ। ਜਿਹੜੀ ਅਸੀਂ ਓਵਰ ਚਾਰਜਿੰਗ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਸਾਨੂੰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਵਾ, ਅਤੇ ਅਸੀਂ ਜਿਹੜੀ ਕੰਸਰਨ ਕੰਟੈਕਟਰ ਹੈਗਾ ਵਾ ਉਹਨੂੰ ਅਸੀਂ ਨੋਟਿਸ ਜਾਰੀ ਕੀਤਾ ਵਾ, ਉਹਦਾ ਅਸੀਂ ਜਵਾਬ ਸਾਨੂੰ ਉਹਦਾ ਮਿਲ ਗਿਆ ਵਾ, ਅਤੇ ਉਸ ਤੋਂ ਉਪਰੰਤ ਅਸੀਂ ਜਵਾਬ ਅਸੀਂ ਜਿਹੜੇ ਸਾਡੇ ਪ੍ਰਬੰਧਕ ਨੇ ਐਸ ਟੀਮ ਸਾਹਿਬ ਉਹਨਾਂ ਨੂੰ ਅਸੀਂ ਪੁੱਟਅਪ ਕੀਤਾ ਵਾ, ਉਹਨਾਂ ਨੇ ਉਸਦੀ ਪਰਸਨ ਹੀਅਰਿੰਗ ਵੀ ਕੀਤੀ ਆ, ਅਤੇ ਉਹਦੇ ਅਕਾਰਡਿੰਗਲੀ ਅਸੀਂ ਕਾਰਵਾਈ ਕਰ ਰਹੇ ਹਾਂ। ਸਰ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਇਹੀ ਕਹਿਣਾ ਸੀਗਾ ਕਿ ਸਾਈਕਲ ਤੱਕ ਵਾਲੇ ਕੋਲ ਪੈਸੇ ਦਿੱਤੇ ਜਾ ਰਹੇ, ਕੀ ਇਹ ਪ੍ਰੋਸੀਜਿੰਗ 'ਚ ਹੈਗਾ ਤੁਹਾਡੇ ਕਿ ਸਾਈਕਲ ਵਾਲੇ ਕੋਲ ਜਾਂ ਸਕੂਟਰ ਵਾਲੇ ਕੋਲ ਆਪਾਂ 50,000 ਰੁਪਈਏ 100-100 ਰੁਪਈਆ ਲੈਂਦੇ ਹਾਂ? ਜਿਹੜੀ ਤੁਸੀਂ ਸਾਈਕਲ ਦੀ ਗੱਲ ਕਰ ਰਹੇ ਹੋ, ਸਾਈਕਲ ਦੇ ਚਾਰਜ ਲੈ ਰਹੇ ਹੋ, ਇਹ ਸਾਡੇ ਨਾ ਐਕਸੈਟਰਾ 7 ਹੈਗਾ DNT ਦਾ ਵਿੱਚ ਫਰੇਮ ਕੀਤਾ ਹੈ, ਉਹਦੇ 'ਚ ਇੱਦਾਂ ਦੀ ਕੋਈ ਵਿਵਸਥਾ ਨਹੀਂ ਹੈਗੀ, ਅਤੇ ਸਾਡੇ ਕੋਲ ਇਹਦੀ ਕੰਪਲੇਂਟਸ ਆ ਰਹੀਆਂ ਵਾ, ਨਹੀਂ ਲੈ ਸਕਦੇ ਸਰ?
ਮੈਂ ਦੱਸ ਰਿਹਾ ਕਿ ਇੱਥੇ ਕੋਈ ਵਿਵਸਥਾ ਨਹੀਂ ਹੈਗੀ ਉਸ 'ਤੇ, ਅਸੀਂ ਡਿਟੇਲ ਅਸੀਂ ਉਹਨੂੰ ਨੋਟ ਅਸੀਂ ਪੁੱਟ ਅਪ ਕੀਤਾ ਹੋਇਆ ਪ੍ਰਬੰਧਕ ਸਾਹਿਬ ਨੂੰ, ਜੋ ਵੀ ਖਾਮੀਆਂ ਹੈਗੀਆਂ ਉਹਦੇ 'ਚ, ਤੂਟੀਆਂ ਪਾਈਆਂ ਗਈਆਂ ਜਾਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ, ਅਸੀਂ ਉਹਦਾ ਡਿਟੇਲ ਨੋਟ ਪ੍ਰਬੰਧਕ ਸਾਹਿਬ ਨੂੰ ਪੁੱਟ ਅਪ ਕੀਤਾ ਹੋਇਆ ਵਾ, ਅਤੇ ਉਹਨਾਂ ਵੱਲੋਂ ਹੁਣ ਅਸੀਂ ਜਿਹੜੀ ਹੈਗੀ ਆ ਜਿਹੜੀ ਅਗਲੀ ਕਾਰਵਾਈ ਆ ਉਹ ਕੀਤੀ ਜਾਏਗੀ। ਸਰ ਕਦ ਤੱਕ ਕਦ ਕੀਤਾ ਗਿਆ ਔਰ ਕਿੰਨੀ ਦੇਰ ਹੋ ਗਈ ਇਸ ਚੀਜ਼ ਨੂੰ ਜਿਹੜਾ ਇਹ ਸੀ ਸਾਡਾ ਨਾ, ਜਦੋਂ ਅਸੀਂ ਪਹਿਲਾਂ ਨੋਟਿਸ ਜਾਰੀ ਕੀਤਾ ਵਾ ਫਰਮ ਨੂੰ, ਉਹਨਾਂ ਦਾ ਅਸੀਂ ਜਵਾਬ ਆਇਆ ਸੀਗਾ ਵਰਬਲੀ, ਕਦੋਂ ਜਾਰੀ ਕੀਤਾ ਅਸੀਂ 10 ਤਰੀਕ ਨੂੰ ਕੀਤਾ ਸੀ ਜਾਰੀ ਇਸ ਮਹੀਨੇ ਜੀ ਜੀ, ਉਹਨੂੰ ਉਹਨੂੰ ਅਸੀਂ ਸਾਰਾ ਦਿੱਤਾ ਸੀ ਕਿ ਤੇਰੀਆਂ ਆਹ ਟੁੱਟੀਆਂ ਪਾਈਆਂ ਗਈਆਂ, ਅਤੇ ਜ਼ਿਲ੍ਹਾ ਮੰਡੀ ਅਫਸਰ ਜੀ ਨੇ ਵੀ ਇਸਦੀ ਪੂਰੀ ਆਪਣੀ ਜ਼ਿਲ੍ਹੇ ਦੀ ਟੀਮ ਦੇ ਨਾਲ ਵੀ ਇੰਸਪੈਕਸ਼ਨ ਕੀਤੀ ਗਈ ਸੀਗੀ, ਉਹ 'ਚ ਟੁੱਟੀਆਂ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪਰਸਨਲ ਹੀਅਰਿੰਗ ਦਾ ਮੌਕਾ ਦਿੱਤਾ ਵੀ ਠੇਕੇਦਾਰ, ਠੇਕੇਦਾਰ ਪਰਸਨਲ ਹੀਅਰਿੰਗ ਦਾ ਦਿੱਤਾ, ਪਰਸਨਲ ਹੀਅਰਿੰਗ ਤੋਂ ਬਾਅਦ ਫਿਰ ਉਹਦਾ ਰਿਟਰਨ ਅਪਲਾਈ ਲਿਆ, ਰਿਟਰਨ ਅਪਲਾਈ ਜਿਹੜਾ ਕਿ ਸਾਨੂੰ ਕੱਲ੍ਹ ਮਿਲਿਆ ਵਾ ਉਸ ਦਾ ਵਾ, ਅਤੇ ਅਸੀਂ ਉਦੋਂ ਉਹਨੂੰ ਕੋਕ ਕਰ ਰਹੇ ਹਾਂ, ਆਪਣੇ ਸਾਰੀ ਸਾਡੀ ਜਿਹੜੀ ਮੰਡੀ ਆਪਣਾ ਸਟਾਫ ਹੈਗਾ DNT ਮੁਤਾਬਕ ਹੈ, ਉਹਦੇ ਮੁਤਾਬਕ ਅਸੀਂ ਰਿਪੋਰਟ ਫਾਈਨਲ ਪੁੱਟ ਅਪ ਕਰਕੇ ਤੁਹਾਨੂੰ ਅਗਲੀ ਕਾਰਵਾਈ ਜਿਹੜੀ ਉਹ ਦੱਸਾਂਗੇ। ਕਾਰਵਾਈ ਤਰੁੱਟੀਆਂ ਜਿਹੜੀਆਂ ਸਾਨੂੰ ਵੱਖ ਵੱਖ ਮੀਡੀਆ ਦੇ ਆ ਰਹੀਆਂ, ਮੀਡੀਆ ਰਾਹੀਂ ਜੋ ਵੀ ਸਾਨੂੰ ਆ ਰਹੀਆਂ ਵਾ ਤਰੁੱਟੀਆਂ ਆ ਰਹੀਆਂ ਵਾ, ਉਹ ਸਾਡੇ ਉਹ ਅਸੀਂ ਉਹਨੂੰ ਸਾਰਾ ਸਪਸ਼ਟ ਕਰ ਦਿੱਤਾ ਵਾ। ਸਰ ਲੱਗਦਾ ਨਹੀਂ ਵੱਡਾ ਸਕੈਂਡਲ ਨਿਕਲ ਕੇ ਸਾਹਮਣੇ ਆ ਰਿਹਾ, ਕੁਝ ਦਿਨ ਹੋਏ ਤੁਸੀਂ ਕਹ ਰਹੇ 1 ਅਪ੍ਰੈਲ ਤੋਂ ਠੇਕਾ ਲਾਗੂ ਹੋਇਆ, ਤੇ ਅਜੇ ਅਪ੍ਰੈਲ ਦਾ ਮਹੀਨਾ ਵੀ ਨਹੀਂ ਪੂਰਾ ਹੋਇਆ ਤੇ ਐਡੇ ਐਡੇ ਵੱਡੇ ਨਹੀਂ, ਓਵਰ ਚਾਰਜਿੰਗ ਦੀ ਜਿਹੜੀ ਸ਼ਿਕਾਇਤ ਆ ਰਹੀ ਹੈ, ਨਿਸ਼ਚਿਤ ਤੌਰ ਤੇ ਦਾ ਜੋ ਵੀ ਬੰਦਾ ਹੋਗਾ DNT ਮੁਤਾਬਕ ਐਕਸ਼ਨ ਹੋਗਾ ਉਹ ਕਿਤੇ ਲਿਆ ਜਾਏਗਾ। ਕੁਝ ਲੋਕਾਂ ਨੇ ਸਰ ਮਾਰਕੀਟ ਦੇ ਇਲਜ਼ਾਮ ਵੀ ਲਗਾਏ ਨੇ ਕਿ ਸਾਡੇ ਨਾਲ ਮਾਰਕੀਟ ਦਾ ਇਦਾਂ ਸਾਡੇ ਕੋਈ ਨੋਟਿਸ ਤਾਂ ਨਹੀਂ ਆਇਆ ਵਾ, ਨਾ ਕੋਈ ਸਾਡੇ ਕੋਲ ਲਿਖਤੀ ਕੋਈ ਇਦਾਂ ਦੀ ਸ਼ਿਕਾਇਤ ਆਈ ਹੈ, ਜੇ ਆ ਗਈ ਤਾਂ ਉਹਦੇ ਮੁਤਾਬਕ ਅਸੀਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਵੀ ਲਿਖਾਂਗੇ। ਜੀ ਕੀ ਨਾਮ ਹੈ ਤੁਹਾਡਾ? ਕਿੱਥੇ ਆਏ ਹੋ ਔਰ ਕਿੱਦਾਂ ਕਿੱਥੇ ਪਾਰਕਿੰਗ ਦਾ ਕੀ ਹਿਸਾਬ ਕਿਤਾਬ ਹੈਗਾ? ਕਿੱਥੇ ਆਏ ਹੋ? ਚੋਰੀ ਲੈਣ ਤਾਂ ਆਏ ਜੀ। ਇੱਥੇ ਕਿੱਥੇ ਆਉਂਦੇ ਹੋ? ਸਬਜ਼ੀ ਮੰਡੀ। ਸਬਜ਼ੀ ਮੰਡੀ ਆ। ਅੱਛਾ, ਤੇ ਇੱਥੇ ਪਾਰਕਿੰਗ ਦਾ ਕੀ ਹਿਸਾਬ ਕਿਤਾਬ ਹੈ? 20 ਰੁਪਏ ਲਿੱਤੇ ਜੀ, 30 ਰੁਪਏ ਸੋਰੀ, 30 ਰੁਪਏ ਲਿੱਤੇ ਪਰਚੀ। ਅਤੇ ਪਰਚੀ ਹੁੰਦੀ ਕਿੰਨੇ ਦੀ ਹੈ? ਪਹਿਲਾਂ 20 ਦੀ ਹੋਦੀ, 20 ਰੁਪਏ ਦੀ ਹੋਦੀ ਸੀ ਪਹਿਲਾਂ, ਹੁਣ 30 ਰੁਪਏ ਲੈਂਦੇ, 30 ਰੁਪਏ 20 ਰੁਪਏ ਲਿਖੇ ਮੋਟਰਸਾਈਕਲ 30 ਰੁਪਏ ਲੈਂਦਾ। 30 ਰੁਪਏ ਲਿੱਤੇ ਰੋਜ਼ਾਨਾ ਆਉਂਦੇ ਹੋ? ਹਾਂਜੀ ਹਾਂਜੀ, ਰੋਜ਼ਾਨਾ ਇਸ ਤਰ੍ਹਾਂ ਅੱਧੀ ਵਸੂਲੀ ਕੀਤੀ ਜਾਂਦੀ ਹੈ? ਹਾਂਜੀ ਹਾਂਜੀ। ਜੇ ਨਹੀਂ ਦਿੰਦੇ ਫਿਰ ਕੀ ਕਹਿੰਦੇ ਨੇ? ਲੋਕ ਇੱਥੇ 30 ਰੁਪਏ ਹੋ ਗਏ, ਹੁਣ 30 ਰੁਪਏ ਦੇ ਉਹ ਨਹੀਂ ਕੀਤਾ, ਕੋਈ ਲਿਖਿਆ ਹੋਇਆ ਪਰ ਪੜ੍ਹੇ ਲਿਖੇ ਲੰਘੇ ਤੁਸੀਂ ਜਦੋਂ ਪੜ੍ਹਿਆ ਹੋਏ ਪੰਜਾਬੀ ਮਾਂ ਦਾ ਨਹੀਂ। ਭਾਈ ਕੀ ਨਾਮ ਹੈ? ਮੇਰਾ ਨਾਮ ਕਰਨ ਕੁਮਾਰ ਹੈ। ਭਾਜੀ ਕਿੰਨੇ ਦੇ ਪਾਰਕਿੰਗ ਲੈਂਦੇ ਆ? ਮੈਂ ਲੁਧਿਆਣੇ ਹੀ ਰਹਿੰਦਾ ਐਕਚੁਅਲੀ, ਮੈਂ ਤਾਂ ਡੇਲੀ ਆਉਂਦਾ, ਮੈਨੂੰ ਪਤਾ, ਮੈਂ ਪੜ੍ਹਿਆ ਵੀ ਆ ਇੱਥੇ ਕਿ ਲਿਖਿਆ ਹੋਇਆ ਕਿ ਜੇ ਸਿੰਗਲ ਵਾਰੀ ਆਓ ਤਾਂ 10 ਰੁਪਈਏ, ਜੇ ਦੂਜੀ ਵਾਰੀ ਆਓ ਤਾਂ 20 ਰੁਪਈਏ, ਪਰ ਐਕਚੁਅਲੀ ਹਾਲਾਤ ਇੱਦਾਂ ਦੇ ਆ, ਜਿਹੜੇ ਲੇਬਰ ਲੋਕ ਨੇ ਰੋਜ਼ ਕਮਾਉਣ ਖਾਣ ਵਾਲੇ, ਜਾਂ ਅਸੀਂ ਵੀ ਹਾਂ ਚਲੋ ਲੋਕਲ ਰਹਿੰਦੇ ਹਾਂ, ਤਾਂ ਵੀ ਆਪਾਂ ਇਹਨਾਂ ਨਾਲ ਪੰਗੇ ਨਹੀਂ ਨਾ ਲੈ ਸਕਦੇ। ਅਗਲੇ ਡਾਂਗ ਰੱਖਦੇ ਆ, ਤਰਪਾਨਾਂ ਰੱਖਦੇ ਨਾਲ, ਜੇ ਕੋਈ ਬੋਲ ਵੀ ਦਿਓ ਕੁਛ ਤਾਂ ਚੰਡਾ ਮਾਰ ਕੇ ਭਜਾ ਦੇਣਗੇ, ਜੇਬ 'ਚੋਂ ਜਿਹੜੇ ਪੈਸੇ ਉਹ ਵੀ ਖੋ ਕੇ ਭਜਾ ਦੇਣਗੇ, ਅਤੇ ਲੋਕ ਹੁਣ ਰੋਟੀ ਕਮਾਉਣਗੇ ਜਾਂ ਇਹਨਾਂ ਨਾਲ ਪੰਗੇ ਲੈ ਕੇ 10 ਰੁਪਏ ਲਈ 20 ਰੁਪਏ ਲਈ ਲੜਾਈਆਂ ਮੋਲ ਲੈਣਗੇ। ਗੱਲ ਤਾਂ ਇਹੀ ਆ ਨਾ, ਉਹ ਭਾਅ ਜੀ ਬੰਦੇ 400-500 ਕਿਉਂ ਆਉਂਦਾ, ਡੇਲੀ ਦਾ ਰੁਪਈਆ 1.5 ਤੋਂ 2 ਲੱਖ ਰੁਪਏ ਐਕਸਟਰਾ ਕਮਾਈ ਹੈ ਇਹਨਾਂ ਦੀ। ਹਾਂਜੀ, ਡੇਲੀ ਦਾ ਇਹ ਤਾਂ ਹੁਣ ਆਮ ਆਦਮੀ ਪਾਰਟੀ ਨੇ ਕਰਨਾ ਜੋ ਕਰਨਾ, ਇਹ ਜਦੋਂ ਤੋਂ ਬਦਲਾਵ ਵਾਲੇ ਲੈ ਕੇ ਆਏ ਨੇ ਇੱਥੇ, ਫਰੀ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਲੁੱਟ ਕੇ ਖਾ ਗਏ ਬਦਲਾਵ ਵਾਲੇ, ਫਰੀ ਦੇ ਚੱਕਰ 'ਚ ਲੋਕਾਂ ਨੂੰ ਲੁੱਟ ਕੇ ਖਾ ਗਏ। ਤੁਹਾਡੇ ਕੋਲ ਪਰਚੀ ਹੈਗੀ ਆ? ਬਿਲਕੁਲ ਹੈਗੀ ਸਰ, ਆਹ ਦੇਖੋ।
ਕੀ ਕਿਹਾ ਜਾ ਸਕਦੇ ਆਹ ਦੇਖੋ ਆਪਾਂ ਲੜ ਨਹੀਂ ਨਾ ਸਕਦੇ ਉਹਨਾਂ ਨਾਲ ਜਾ ਕੇ ਜੇ ਉਹਨਾਂ ਨੂੰ ਮੈਂ ਕਹਿ ਦਾ ਮੈਂ ਮੀਡੀਆ 'ਚ ਕੰਪਲੇਨ ਕਰਾਂਗਾ ਐਕਟਿਵਾ 'ਤੇ ਆਇਆ ਜੀ ਹਾਂਜੀ ਉਹ ਫਰੀ ਹੁੰਦੀ ਪਰ 30 ਰੁਪਏ ਦੇਣੇ ਪੈਂਦੇ ਅਗਲੇ ਕਹਿੰਦੇ ਜੇ ਤੁਸੀਂ ਸਬਜ਼ੀ ਲੈ ਕੇ ਜਾ ਰਹੇ ਵੇਚਣ ਵਾਸਤੇ ਤਾਂ ਰੁਪਈਆ 30 ਲੈਣੇ ਹੀ ਲੈਣੇ ਆ ਨਹੀਂ ਲੈਂਦੇ ਸਬਜ਼ੀ ਰੱਖ ਲੈਣਗੇ ਸਾਡੇ ਕੀ ਕਰਾਂਗੇ ਫਿਰ ਘਰੇ ਨਿਆਣੇ ਨੂੰ ਰੋਟੀ ਤਾਂ ਖਵਾਉਣੀ ਆ ਨਾ ਜੀ ਆ ਸਾਰੇ ਖੜੇ ਆ ਪੁੱਛ ਲਓ ਇਹ ਬਦਲਾਵ ਆ ਆਮ ਆਦਮੀ ਪਾਰਟੀ ਦੀ ਹੋਰ ਕੁਛ ਨਹੀਂ ਆ ਗੁੰਡਾਗਰਦੀ ਨਹੀਂ ਜੀ ਬਦਲਾਵ ਹੈ ਆਮ ਆਦਮੀ ਪਾਰਟੀ ਦੀ ਬਦਲਾਵ ਹੈ ਇਹ ਹੈ ਹੀ ਗੁੰਡਾਗਰਦੀ ਆ 50 ਰੁਪਇਆ ਪਰਚੇ ਦਾ 60 ਰੁਪਇਆ ਲਾਈ ਜਾਂਦੇ ਆਟੋ ਦਾ ਆਟੋ ਦਾ ਲੈਂਦੇ ਆ 60 ਰੁਪਇਆ ਸਾਰੇ ਤੋਂ ਲੈਂਦੇ ਆ ਧੱਕੇ ਆ ਦੇਖੋ ਆ ਜਾਓ ਗੱਡੀ ਤੋਂ ਆ ਜਾਓ ਹੋਰ ਬੰਦੇ ਹੈਗੇ ਸਾਰਿਆਂ ਨੂੰ ਪਤਾ ਆ 50 ਰੁਪਇਆ ਇੱਥੇ ਰੇਟ ਪਾਇਆ ਆ 60 ਰੁਪਇਆ ਲੈਂਦੇ ਆ ਤਾਂ ਇਹ ਗਲਤ ਨਜਾਇਜ਼ ਹੀ ਆ ਧੱਕਾ ਸਾਈ ਜਾਂ ਨਾ ਦਿਓ ਤਾਂ ਸਮਾਨ ਹੀ ਚੱਕ ਕੇ ਰੱਖ ਲੈਣਾ ਸਬਜ਼ੀ ਚੱਕ ਕੇ ਰੱਖ ਲੈਣਾ ਸਮਾਨ ਚੱਕ ਕੇ ਰੱਖ ਲੈਣਾ ਲੜਾਈਆਂ ਹੁੰਦੀਆਂ ਰਹਿੰਦੀਆਂ ਅੱਜ ਧੱਕਾ ਮਾਰਦੇ ਅਗਲੇ ਕਈ ਸਕੂਟਰ ਵਾਲਿਆਂ ਨੂੰ ਦੇਖਿਆ ਥੱਪੜ ਵੀ ਮਾਰਿਆ ਇਹਨਾਂ ਨੇ ਏਦਾਂ ਦਾ ਹਾਲ ਹੈ ਵਿਰੋਧ ਨਹੀਂ ਕੀਤਾ ਵਿਰੋਧ ਹੁਣ ਇੱਥੇ ਆਪਾਂ ਸਬਜ਼ੀ ਲੈਣ ਆਉਂਦੇ ਕਿਹਦੇ ਨਾਲ ਲੜਾਂਗੇ ਇਹ ਜੇ ਇੱਕ ਨੂੰ ਬੋਲੋ ਮਾਰਕੀਟ ਕਮੇਟੀ ਨੂੰ ਕਹਿੰਦੇ ਜਿਹੜਾ ਵਾਜਬ ਪਰਚੀ ਜੋ ਸਹੀ ਪਰਚੀ ਲੱਗਦੀ ਆ ਉਹ ਲਵੋ ਉਹੀ ਹੋਣੀ ਨਹੀਂ ਤਾਂ ਐਕਸ਼ਨ ਹੋਵੇ ਵਿਜੇ ਕੁਮਾਰ ਹਾਂਜੀ ਰੋਜ਼ ਹਾਂਜੀ ਸਬਜ਼ੀ ਲੈਣ ਆਉਂਦੇ ਜੀ ਹਾਂਜੀ ਅਲੱਗ ਅਲੱਗ ਹੋਟਲਾਂ 'ਚ ਜਾਂਦੇ ਜਿਵੇਂ ਕਿ ਕਿਤੇ ਹਨਾ ਫੜੀ ਲੱਗ ਕੱਲ੍ਹ ਪਾਰਕਿੰਗ ਵੀ ਕੀਤੀ ਜਾਵੇ ਕਹਿੰਦੇ ਆ ਕਿੰਨੇ ਪੈਸੇ ਲੈਂਦੇ ਤੁਹਾਡੇ ਤੋਂ 50 ਰੁਪਏ ਜੀ ਅਤੇ ਪਰਚੀ ਹੁੰਦੀ ਆ 50 ਰੁਪਏ ਜੀ ਵੱਧ ਘੱਟ ਨਹੀਂ ਲੈਂਦੇ ਨਹੀਂ ਵੱਧ ਘੱਟ ਨਹੀਂ ਲੈਂਦੇ ਕਿੰਨੀ ਵਾਰ ਆਉਂਦੇ ਰੋਜ਼ਾਨਾ ਸਾਡੇ 5-6 ਜਿਹੜੇ ਹੁੰਦੇ ਆ ਰੋਜ਼ ਦੇ ਅਤੇ 50 ਰੁਪਏ ਪਰਚੀ ਲੈਂਦੇ ਆ ਹਾਂਜੀ 50 ਰੁਪਏ ਇੱਕ ਵਾਰੀ ਪਰਚੀ ਕਟਾਈ ਦੀ 50 ਰੁਪਏ ਨਹੀਂ ਵੱਧ ਘੱਟ ਨਹੀਂ ਕੋਈ ਲੜਾਈ ਝਗੜਾ ਕੁਛ ਨਹੀਂ ਕੋਈ ਲੜਾਈ ਝਗੜਾ ਨਹੀਂ ਪਾਰਕਿੰਗ ਤਾਂ ਭਾਅ ਜੀ ਪਰਚੀ ਹੈਗੀ ਮਲਟੀਵਾਰ ਪਰਚੀ ਆਟੋ ਦੀ ਉਹਦੇ ਭਾਅ ਜੀ ਚਾਰਜ 60 ਰੁਪਏ ਪੂਰੀ ਦਿਹਾੜੀ ਦੇਣ ਦੀ ਪਰਚੀ ਹੋ ਭਾਅ ਜੀ ਅੱਛਾ ਹਾਂਜੀ ਨੰਬਰ ਜਿੱਤ ਕਰ ਲਾ ਸਕਦੇ ਪਰਚੀ ਦੇ ਉੱਤੇ ਤਾਂ 40 ਰੁਪਏ ਲਿਖੇ ਹੋਏ ਆ ਕਿਹੜੀ ਭਾਈ ਪਰਚੀ ਵਾਲੀ ਪੜੀ ਆ ਉਹ ਜਿਹੜੀ ਪਰਚੀ ਹੈਗੀ ਆ ਨਹੀਂ ਭਾਈ ਆ ਦੇਖੋ 60 ਰੁਪਏ ਪਰਚੀ ਹੈ ਦਿਖਾਈਓ ਪਰਚੀ ਕਿਹੜੀ 60 ਰੁਪਏ ਵਾਲੀ ਆ ਆ ਤੁਹਾਡੇ ਕੋਲ ਜਿਹੜੀ ਪਰਚੀ ਹੈ 50 ਰੁਪਏ ਆ ਇਹਦੀ ਭਾਈ 60 ਰੁਪਏ ਐਂਟਰੀ ਹੈ ਨਾ ਇਹਦੀ ਇਹ ਮਲਟੀਪਲ ਐਂਟਰੀ ਆ ਭਾਜੀ ਇਹ ਮਲਟੀਪਲ ਹੈ 60 ਰੁਪਏ ਦੇ ਅੱਛਾ ਇੱਕ ਵਾਰ ਦੇ 25 ਰੁਪਏ ਭਾਜੀ ਦੇ ਇੱਕ ਵਾਰ ਦੇ 25 ਰੁਪਏ ਭਾਜੀ ਦੇ ਤੁਸੀਂ ਲਿਖਿਆ 50 ਰੁਪਏ ਹੋਏ ਆ ਕੋਈ ਭਾਈ ਤੁਹਾਨੂੰ ਸਾਹਮਣੇ ਆ ਦੇਖੋ ਕੋਈ ਚੱਕਰ ਨਹੀਂ ਹੈਗਾ ਤਾਂ ਸਾਰੀ ਦਿਹਾੜੀ ਘੁੰਮਦੇ ਨਾ ਬੰਦੇ ਇੱਕ ਪਰਚੀ ਨਾਲ ਠੇਕਾ ਕਿਸ ਦੇ ਨਾਮ ਇਹ ਭਾਜੀ ਠੇਕਾ ਹੈਗਾ ਜੀ ਇਹਨਾਂ ਦੇ ਨਾਮ ਤੇ ਨੀਰਜ ਜੋਸ਼ੀ ਦੇ ਨਾਮ ਤੇ ਜੀ ਨੀਰਜ ਜੋਸ਼ੀ ਦੇ ਤੇ ਤੁਸੀਂ ਨੀਰਜ ਜੋਸ਼ੀ ਵੱਲੋਂ ਅਪਾਇੰਟ ਕੀਤੇ ਹੋਏ ਹੋ ਹਾਂਜੀ ਹਾਂਜੀ ਇੱਥੇ ਕੰਮ ਕਰ ਰਹੇ ਸੀ ਅੱਛਾ ਤੇ ਦੂਜਾ ਭਾਜੀ ਇੱਕ ਚੀਜ਼ ਹੋਰ ਤੇ ਇਹ ਇੱਥੇ ਜਿਹੜੀ ਮਾਰਕੀਟ ਕਮੇਟੀ ਵੱਲੋਂ ਹੈਗਾ ਰੂਲ ਕਿ ਇਲੈਕਟ੍ਰੋਨਿਕ ਪਰਚੀ ਦਿੱਤੀ ਜਾਊਗੀ ਤੁਸੀਂ ਪਰਚੀ ਦੂਜੀ ਦੇ ਰਹੇ ਹੋ ਇਲੈਕਟ੍ਰੋਨਿਕ ਸ਼ੁਰੂ ਹੋ ਰਹੀ ਭਾਜੀ ਹਲੇ ਠੇਕਾ ਹੁਣ ਤਾਂ ਸਟਾਰਟ ਹੋਇਆ ਤੁਹਾਡੇ ਸਾਹਮਣੇ ਹਲੇ ਅੱਛਾ ਹਾਂਜੀ ਹਾਂਜੀ ਇਲੈਕਟ੍ਰੋਨਿਕ ਦੀ ਪਰਚੀ ਆਊਗੀ ਭਾਜੀ ਹਾਂ ਤਾਂ ਠੇਕਾ ਹੁਣ ਤਾਂ ਸਟਾਰਟ ਹੋਇਆ ਹਲੇ ਕੋਈ ਵੀ ਕਹੀ ਹੋਊਗਾ ਅਸੀਂ ਵੀ ਕਹਿ ਸਕਦੇ ਕਿਸੇ ਭਾਈ ਸਾਨੂੰ ਹੱਥੀ ਪੈਂਦੇ ਅਸੀਂ ਕਹਿ ਸਕਦੇ ਹਾਂ ਏਦਾਂ ਨਾ ਏਦਾਂ ਕਹਿ ਸਕਦੇ ਵੀ ਬੰਦਾ ਸਾਹਮਣੇ ਲਿਆਓ ਕਹਿਣ ਸਾਨੂੰ ਵੀ ਹਰੇ ਹੱਥ ਚੱਕਿਆ ਫਿਰ ਕਹਿ ਸਕਦੇ ਮੰਨੇ ਬੰਦਾ ਲਿਆ ਵੀ ਇੱਕ ਵਾਰੀ ਹੱਥ ਚੱਕਿਆ ਅਸੀਂ ਕੁੱਟਣ ਵਾਸਤੇ ਲੋ ਪਰ ਲੱਕੇ ਬੈਠੇ ਕੰਮ ਕਰ ਰਹੇ ਭਾਜੀ 2 ਵੀਲਰ ਨੂੰ ਤੁਸੀਂ ਪਰਚੀ ਕਿੱਦਾਂ ਲਗਾਉਂਦੇ 2 ਵੀਲਰ ਦੀ ਮੇਰੇ ਕੋਲ ਪਰਚੀ ਦਾ ਹੈ ਮੇਰੇ ਕੋਲ ਮੇਤੋਂ ਵੱਡੀਆਂ ਕਾਪੀਆਂ ਭਾਜੀ 2 ਵੀਲਰ ਦਾ ਮੇਰਾ ਕੰਮ ਹੀ ਹੈ ਨਾ 2 ਵੀਲਰ ਦੀ ਪਰਚੀ ਤੁਸੀਂ ਕਿੱਦਾਂ ਦੇ ਰਹੇ ਹੋ ਮੇਰੇ ਕੋਲ ਭਾਈ ਕੰਮ ਹੀ 2 ਵੀਲਰ ਦਾ ਭਾਜੀ ਆ ਦੇਖੋ ਮੇਤੋਂ ਵੱਡ ਕਾਪੀਆਂ ਵੱਡੀਆਂ ਆ ਮੇਰਾ ਟਰੱਕਾਂ ਦਾ ਕੰਮ ਆ ਦੇਖੋ ਵੱਡੀਆਂ ਕਾਪੀਆਂ ਪਈਆਂ ਮੇਤੋਂ